कुरलांदी पुब्बा मारदी इस्मादियां ताहां एक वार तुहाडा दिल भी जरूर चिंजोड़ के रख देणगियां। जी हाँ, ये वो मंदभागी माँ है जिसने अपना मासूम जवाक हमेशा दे लई खो दिता है। ते 18 साल का विद्यार्थी जो कि स्कूलों घर वापस आ रहा सी ते रास्ते दे विच रहस्यमई हालातों दे नाल उसकी मौत हो गई है। मामला दरअसल फलौर का है जिथे कि मृतक साहिल नूं दूसरे स्कूल दे दो विद्यार्थियों ने जिहड़े कि 9वीं ते 10वीं क्लास दे विच पढ़दे दसे जा रहे ने नाल मिल के दिन दहाड़े कुट कुट के मौत दे घाट उतार दिता। जिस तों बाद हुण परिवारिक मैंबरां वल्लों जिथे कि इंसाफ की मांग की जा रही है उत्थे ही थाने दे बाहर ही प्रदर्शन जिथे किया जा रहा है उत्थे ही परिवार के चाहण वाले दे हालात बेहद नाजुक दिख रहे ने। तुसीं तस्वीरां विच साफ तौर ते देख सकते हो कि किवें इस मां ते किवें परिवारिक होर मैंबरां दा बुरा हाल है। इस बाबत होर की कुछ कहना है पिंड दे सरपंच दा, आओ तुहानूं सुणाउंदे आ। मेरी मां का चिंता चना पै जाए पर जो असीं समझदे आ कि कल अंडर प्लानिंग हो सकता है इहदे नूं किसे राहीं सधाया गया होवे, हो सकता बाहर नाका लगा होवे। तुसीं भी देखिया होया सी कैमरिआं दी मंग भी कीती है कि शहर के अंदर ही कतल कर दिता गया। कैसा जंगल का राज आ कि शहर उन्हें बाहर रस्ते च नहीं शहर के अंदर ही कतल कर दिता गया जिथे मुढ़ पुलिस बैठी है ते पुलिस नूं हले तक नहीं पता लगा कि कतल कौन कर गया। सानूं कोई दस नहीं रही, असीं उन्हां नूं क्लीयर कट कहता कि साडी कोई लड़ाई नहीं किसे नाल, ਸਾਡਾ ਪੁੱਤ ਮਰਿਆ। ਹੁਣ ਕਹਿੰਦੇ ਸਾਡੀਆਂ ਬੀਬੀਆਂ ਰੋਂਦੀਆਂ ਰੋਣਗੀਆਂ ਜਦੋਂ ਪੁੱਤ ਚੱਲ। ਪ੍ਰਸ਼ਾਸਨ ਨਾਲ ਹੁਣ ਗੱਲਬਾਤ ਹੋਈ, ਕੀ ਭਰੋਸਾ ਦਿਵਾਇਆ? ਅਸੀਂ ਉਹਨੂੰ ਇਹ ਕਿਹਾ ਕਿ ਉਹ ਕਹਿੰਦੇ ਜੀ ਬਿਆਨ ਲਿਖਾਓ, ਅਸੀਂ ਬਿਆਨ ਲਿਖਾ ਦੇਣ ਲੱਗੇ ਹੈਗੇ ਕਿ ਇਹ ਇੱਕ ਤਾਂ ਉਹਨੂੰ ਕਿਹਾ ਅਸੀਂ 5 ਮੈਂਬਰੀ ਬੋਰਡ ਤੋਂ ਇਹਦਾ ਪੋਸਟਮਾਰਟਮ ਕਰਾਓ। ਦੂਸਰੀ ਉਹਨਾਂ ਨੂੰ ਬੇਨਤੀ ਅਸੀਂ ਇਹ ਕੀਤੀ ਕਿ ਸਾਨੂੰ ਕਲੀਅਰ ਕਰੋ ਕੱਲ੍ਹ ਬੋਰਡ ਤੱਕ ਕਿ ਇਹ ਬੰਦੇ ਕਤਲ ਕੀਤੇ ਉਹ ਮੀਡੀਆ ਸਾਹਮਣੇ ਵੀ ਲਿਆਓ, ਪਬਲਿਕ ਸਾਹਮਣੇ ਵੀ ਲਿਆਓ, ਸਾਡੇ ਵੀ ਲਿਆਓ। ਜਿਹੜਾ ਬੰਦਿਆਂ 'ਤੇ ਸ਼ੱਕ ਅਸੀਂ ਉਹਨਾਂ ਦੇ ਨਾਂ ਵੀ ਦੇ ਰਹੇ ਹਾਂ। ਪੁਲਿਸ ਕਹਿ ਰਹੀ ਹੈ ਦੋ ਗਲਤ ਕਹਿ ਰਹੀ ਪੁਲਿਸ, ਅਸੀਂ ਕਿੰਨੇ ਬੰਦੇ ਜਾ ਰਹੇ ਹਾਂ? ਉੱਥੇ ਦੇ ਲੋਕ ਵੀ ਕਹਿ ਰਹੇ ਜਿੱਥੋਂ ਗਾਇਬ ਗਿਆ ਰਸਤਾ ਸੁਣਿਆ ਕਿ 5-6 ਬੰਦੇ ਲੜ ਰਹੇ ਸੀ, 7 ਵੀ ਹੋ ਸਕਦੇ ਆ, 4 ਵੀ ਹੋ ਸਕਦੇ ਆ, ਪਰ ਜੋ ਪੁਲਿਸ ਦੀ ਥਿੰਕਿੰਗ ਆ ਉਹ। ਤੁਹਾਡਾ ਕੀ ਕਹਿਣਾ ਵੀ ਪੋਸਮ ਜਿਹੜਾ ਬੋਰਡ ਦੇ ਵਿੱਚ ਪੋਸਟਮਾਰਟਮ ਹੋਣਾ ਚਾਹੀਦਾ? ਹਾਂ, ਅਤੇ ਸੰਸਕਾਰ ਦਾ ਕੀ? ਸੰਸਕਾਰ ਜਦੋਂ ਬੰਦੇ ਸਾਰੇ ਗ੍ਰਿਫਤਾਰ ਕਰ ਲਏ ਅਸੀਂ ਸੰਸਕਾਰ ਕਰਾਂਗੇ, ਉਸ ਵੇਲੇ ਅਸੀਂ ਬੋਡੀ ਰੱਖਾਂਗੇ ਤੁਹਾਨੂੰ। ਰਾਤੀ ਵੀ ਗੱਲ ਹੋਈ DSP ਨਾਲ ਤੁਹਾਡੀ? ਬੜੀ ਲੰਬੀ ਚੌੜੀ ਮੀਟਿੰਗ ਹੋਈ ਆ। ਕੀ ਭਰੋਸਾ ਦਵਾਇਆ? ਉਹਨੇ ਕਿਹਾ ਸਵੇਰ ਤੱਕ ਬੰਦੇ ਅਰੈਸਟ ਕਰ ਲਾਂਗੇ, ਪਰ ਹਲ ਤੱਕ ਸਾਨੂੰ ਕੋਈ ਪੂਰਨ ਦੱਸ ਨਹੀਂ ਰਿਹਾ। ਨਹੀਂ, ਇਸ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲਓ। ਡੈਥ ਹੋ ਗਈ ਸੀ ਤੋਂ ਬਾਅਦ 'ਚ ਜੋ ਪਰਿਵਾਰ ਦੇ ਜਿਹੜੇ ਬੱਚੇ ਦਾ ਪਰਿਵਾਰ ਆ ਉਹਨਾਂ ਨੇ ਦੋਸ਼ ਲਾਇਆ ਵੀ ਹੈ ਦੋ ਬੱਚੇ ਜਿਨ੍ਹਾਂ ਨਾਲ ਇਹਨਾਂ ਨਾਲ ਝਗੜੀ ਹੋਇਆ ਸੀ ਜਿਨ੍ਹਾਂ ਦੇ ਨਾਲ ਇਹਦੀ ਮੌਤ ਹੋਈ ਹੈ, ਤੋ ਪਰਿਵਾਰ ਦਾ ਜਿਹੜਾ ਬਿਆਨ ਲਿਖ ਕੇ ਅਸੀਂ ਜਿਹੜਾ ਪਰਚਾ ਰਜਿਸਟਰ ਕਰ ਲਿਆ ਅਤੇ ਦੋਵਾਂ ਬੱਚਿਆਂ ਨੂੰ ਵੀ ਅਰੈਸਟ ਕਰ ਲਿਆ, ਉਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ। ਅਗਲੀ ਜਿਹੜੀ ਤਫਤੀਸ਼ ਜਿਹੜੀ ਅਮਲ ਵੀ ਲਿਆਉਂਦੀ ਜਾ ਰਹੀ। ਜਿੱਦਾਂ ਸਰ ਹੋਰ ਵੀ ਕੋਈ ਇਹਦੇ ਨਾਲ ਨਵਾ ਲਿਆ ਜਿਹੜੇ ਬੱਚੇ ਹੋਰ ਆਉਣ ਪਿਛਾਤੇ ਕੁਛ? ਨਹੀਂ, ਇਹ ਆਪਾਂ ਹੁਣ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਦੇ ਵਿੱਚ ਜੇ ਕੋਈ ਹੋਰ ਵੀ ਕੋਈ ਸਾਹਮਣੇ ਇੱਦਾਂ ਦੀ ਗੱਲ ਆਏਗੀ ਉਹਨੂੰ ਵਿੱਚ ਨਾਮਜ਼ਦ ਕਰਾਂਗੇ। ਅਜਿਹੀਆਂ ਘਟਨਾਵਾਂ ਜਿੱਥੇ ਕਿ ਕਾਨੂੰਨ ਅਤੇ ਪ੍ਰਸ਼ਾਸਨ ਦੇ ਉੱਤੇ ਅਤੇ ਸੁਰੱਖਿਆ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਕਰਦੀਆਂ ਨੇ, ਉੱਥੇ ਹੀ ਸਵਾਲ ਵੱਡਾ ਸਮਾਜ ਦੇ ਲਈ ਇਹ ਖੜਾ ਹੁੰਦਾ ਹੈ ਕਿ ਜੇਕਰ 18 ਸਾਲਾਂ ਤੱਕ ਦੇ ਵਿਦਿਆਰਥੀ ਵੀ ਅਜਿਹੀਆਂ ਚੀਜ਼ਾਂ ਕਰਨ ਲੱਗ ਜਾਣਗੇ ਜਾਂ ਛੋਟੇ ਛੋਟੇ ਮਾਸੂਮ ਬੱਚੇ ਕਿਸੇ ਦਾ ਕਤਲ ਤੱਕ ਕਰਨ ਤੱਕ ਚਲੇ ਜਾਣਗੇ ਤਾਂ ਸੂਬੇ ਦੇ ਹਾਲਾਤ ਪਹਿਲਾਂ ਤੋਂ ਹੀ ਬੇਹੱਦ ਨਾਜ਼ੁਕ ਚੱਲ ਰਹੇ ਨੇ। ਜੇ ਇਹ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਬੇਹੱਦ ਹੋਰ ਗੰਭੀਰ ਮਾਹੌਲ ਬਣ ਜਾਵੇਗਾ। ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।